ਰਸੋਤਾ ਸ਼ੋਚ ਕੋਰ ਫਿਰ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ ਜੀ ਆ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਯੂਕਰੇਨ ਤੋਂ ਜੂਕਰੇਨ ਦੇ ਵਿੱਚ ਜਿਹੜੀ ਹੈ ਜੰਗ ਨੇ ਬਹੁਤ ਤਬਾਹੀ ਕੀਤੀ ਆ ਰੂਸ ਦੀਆਂ ਮਿਜ਼ਾਈਲਾਂ ਰਾਕਟ ਜਿਹੜੇ ਉੱਤੇ ਬੇਤਹਾਸ਼ਾ ਨੁਕਸਾਨ ਕਰ ਰਹੇ ਆ ਤੇ ਯੂਕਰੇਨ ਦੇ ਵਿੱਚੋਂ ਲੋਕ ਜਿਹੜੇ ਆ ਆਪਣੇ ਬੱਚਿਆਂ ਸਮੇਤ ਹੋਰ ਥਾਂ ਹੀ ਹਿਜਰਤ ਕਰ ਰਹੇ ਆ ਗਵਾਂਡੀ ਯੂਰਪ ਦੇ ਵਿੱਚ ਜਾ ਰਹੇ ਆ ਜਿੱਥੇ ਜਿੱਥੇ ਹੋਰ ਸ਼ਰਨ ਮਿਲ ਰਹੀ ਆ ਉੱਥੇ ਜਾਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੇ ਰਹਿੰਦੇ ਆ ਕੈਨੇਡਾ ਵੱਲੋਂ ਯੂਕਰੇਨੀ ਲੋਕਾਂ ਦੀ ਜਿਹੜੀ ਆ ਬਾਂਹ ਵੱਡੇ ਪੱਧਰ ਤੇ ਫੜੀ ਜਾ ਰਹੀ ਆ ਹੁਣ ਤੱਕ 34000 ਦੇ ਕਰੀਬ ਯੂਕਰੇਨੀ ਲੋਕ ਜਿਹੜੇ ਆ ਰੂਸੀ ਹਮਲੇ ਤੋਂ ਬਾਅਦ ਕੈਨੇਡਾ ਪਹੁੰਚ ਚੁੱਕੇ ਆ ਤੇ ਕੈਨੇਡਾ ਨੇ ਹੁਣ ਇਹ ਵੀ ਕਹਿ ਦਿੱਤਾ ਕਿ ਜਿੰਨੇ ਚਾਹੋਣ ਲੋਕ ਜਿਹੜੇ ਆ ਯੂਕਰੇਨ ਤੋਂ ਇੱਥੇ ਆ ਸਕਦੇ ਆ ਅਨਲਿਮਿਟਿਡ ਉਹ ਕਹਿੰਦੇ ਅਸੀਂ ਉਹਨਾਂ ਨੂੰ ਉੱਥੇ ਰੱਖਣ ਦੇ ਵਾਸਤੇ ਰਾਜ਼ੀ ਹੈਗੇ ਆ ਇਸ ਦੇ ਵਾਸਤੇ ਕਹਿੰਦੇ ਐਪਲੀਕੇਸ਼ਨ ਜਿਹੜੀਆਂ ਆ ਹੁਣ ਲਈਆਂ ਜਾਣਗੀਆਂ ਪਹਿਲਾਂ ਸ਼ਰਤیں ਰੱਖੀ ਗਈ ਸੀ ਕਿ ਯੂਕਰੇਨ ਦੇ ਸਿਟੀਜ਼ਨ ਜਿਹੜੇ ਆ ਅਸਰ ਉਹੀ ਕੈਨੇਡਾ ਆ ਸਕਦੇ ਆ ਸ਼ਰਨਾਰਥੀਆਂ ਵਿੱਚੋਂ ਪਰ ਬਾਅਦ ਦੇ ਵਿੱਚ ਇਹ ਸ਼ਰਤ ਜਿਹੜੀ ਨਰਮ ਕਰ ਦਿੱਤੀ ਗਈ ਹੈ ਕਿ ਯੂਕਰੇਨੀ ਨਾਗਰਿਕਾਂ ਦੇ ਪਰਿਵਾਰ ਦੇ ਉਹ ਲੋਕ ਜਿਹੜੇ ਕਿ ਸਿਟੀਜ਼ਨ ਨਹੀਂ ਹੈਗੇ ਉਹ ਵੀ ਨਾਲ ਆ ਸਕਦੇ ਆ ਪਹਿਲਾਂ ਇਹ ਗੱਲ ਕਹੀ ਗਈ ਸੀ ਕਿ 2 ਸਾਲ ਦਾ ਸਮਾਂ ਉਹਨਾਂ ਨੂੰ ਦਿੱਤਾ ਜਾਊਗਾ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਪੱਕੇ ਤੌਰ ਤੇ ਰਹਿਣਾ ਤਾਂ ਹੋਰ categories ਦੇ ਵਿੱਚ ਉਹਨਾਂ ਨੂੰ apply ਕਰਨਾ ਪੈਣਾ ਹੁਣ ਇਹ ਸਮਾਂ ਸੀਮਾ ਜਿਹੜੀ ਵਧਾ ਕੇ 3 ਸਾਲ ਕਰ ਦਿੱਤੀ ਗਈ ਆ ਕਿ 3 ਸਾਲ ਉਹ ਐਜ਼ ਅ ਰਿਫਿਊਜੀ ਆਜ਼ੀ ਸ਼ਰਨਾਰਥੀ ਤੌਰ ਤੇ ਰਹਿ ਸਕਦੇ ਆ ਉਸ ਤੋਂ ਬਾਅਦ ਦੇ ਵਿੱਚ ਜੇ ਉਹਨਾਂ ਨੇ ਕੈਨੇਡਾ ਰਹਿਣਾ ਤਾਂ ਫਿਰ ਉਹਨਾਂ ਨੂੰ ਹੋਰ ਸਾਧਨ ਜਿਹੜੇ ਆ ਹੋਰ ਕੈਟਾਗਰੀਜ਼ ਆ ਉਹਨਾਂ ਦੇ ਰਾਹੀਂ ਜਾਣਾ ਪੈਣਾ ਅਪਲਾਈ ਕਰਨਾ ਪੈਣਾ ਜੀ ਸੋ ਸਰਕਾਰ ਜਿਹੜੀ ਆ ਉਹ ਕਹਿੰਦੀ ਸੀ ਅਨਲਿਮਟਿਡ ਨੰਬਰਸ ਕਰ ਦਿੱਤੇ ਆ ਜਿੰਨੀ ਮਰਜ਼ੀ ਗਿਣਤੀ ਦੇ ਵਿੱਚ ਯੂਕਰੇਨੀ ਸ਼ਰਨਾਰਥੀ ਇੱਥੇ ਆਉਣਾ ਚਾਹਣ ਉਹ ਆ ਸਕਦੇ ਆ ਇੱਕ ਚੰਗੀ ਗੱਲ ਉੱਥੇ ਇਸ ਵੇਲੇ ਬਹੁਤ ਵੱਡਾ ਸੰਕਟ ਪਿਆ ਹੋਇਆ ਤੇ ਸੰਕਟ ਵਿੱਚ ਪਏ ਲੋਕਾਂ ਦੀ ਬਾਹ ਫੜਨੀ ਜਿਹੜੀ ਆ ਉਹ ਬਿਲਕੁਲ ਚੰਗੀ ਗੱਲ ਆ ਇਹ ਇਸ ਕਰਕੇ ਵੀ ਹੋ ਰਿਹਾ ਕਿ ਯੂਕਰੇਨ ਦੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਪਹਿਲਾਂ ਕੈਨੇਡਾ ਦੇ ਵਿੱਚ ਰਹਿ ਰਹੇ ਆ ਤਕਰੀਬਨ 14 ਲੱਖ ਦੀ ਗਿਣਤੀ ਯੂਕਰੇਨੀ ਲੋਕਾਂ ਦੀ ਇਸ ਵੇਲੇ ਕੈਨੇਡਾ ਵਿੱਚ ਆ ਜਿਨ੍ਹਾਂ ਦੇ ਵਿੱਚੋਂ ਸਿਆਸਤਦਾਨ ਵੀ ਉਹਨਾਂ ਵਿੱਚੋਂ ਕਾਫੀ ਆ ਬਹੁਤ ਵੱਡੇ ਫਾਰਮਰ ਨੇ ਉਹ ਅਲਬਰਟਾ ਦੇ ਵਿੱਚ ਸਕੈਚੂਨ ਮੈਨੀਟੋਬਾ ਦੇ ਵਿੱਚ ਵੱਡੇ ਪੱਧਰ ਤੇ ਉੱਤੇ ਫਾਰਮਿੰਗ ਕਰਦੇ ਆ ਜਦੋਂ ਅਸੀਂ ਆਪਾਂ ਇਹ ਗੱਲ ਕਰਦੇ ਆ ਤੇ ਨਾਲ ਦੀ ਨਾਲ ਉਹਨਾਂ ਅਫਗਾਨਾ ਹਿੰਦੂਆਂ ਤੇ ਸਿੱਖਾਂ ਦੀ ਗੱਲ ਜ਼ਰੂਰ ਯਾਦ ਆਉਂਦੀ ਆ ਜਿਨ੍ਹਾਂ ਦੇ ਵਾਸਤੇ ਲੰਮੇ ਸਮੇਂ ਤੋਂ ਮੰਗ ਕੀਤੀ ਜਾਂਦੀ ਰਹੀ ਆ ਕਿ ਉਹਨਾਂ ਨੂੰ ਵੀ ਇੱਥੇ ਬੁਲਾ ਲਓ ਅਫਗਾਨਿਸਤਾਨ ਦੇ ਵਿੱਚ ਵੀ جنگ ਹੀ ਲੱਗੀ ਹੋਈ ਸੀ ਇਹੋ ਜਿਹੀ ਹਾਲਤ ਉੱਥੇ ਬਣੀ ਹੋਈ ਸੀਗੀ ਉੱਥੇ ਵੀ ਲੋਕ ਇਸੇ ਤਰ੍ਹਾਂ ਬੇਕਾਰ ਹੋ ਰਹੇ ਸੀਗੇ ਪਰ ਕੈਨੇਡਾ ਵਿੱਚਲੇ ਬੈਠੇ ਸਿੱਖ ਤੇ ਹਿੰਦੂ ਟੂਟੋ ਸਰਕਾਰ ਤੋਂ ਅਪੀਲ ਕਰ ਰਹੇ ਸੀਗੇ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਇੱਥੇ ਲਿਆਂਦਾ ਜਾਵੇ ਪਰ ਉਦੋਂ ਇੰਨੀ ਦਰਿਆਦਿਲੀ ਜਿਹੜੀ ਆ ਨਹੀਂ ਦਿਖਾਈ ਗਈ ਜਿਸ ਦਾ ਹਮੇਸ਼ਾ ਅਫਸੋਸ ਰਹੂਗਾ ਉਹ ਇਸ ਕਰਕੇ ਅਕਿ ਜਿਹੜੇ ਲੋਕ ਉੱਥੇ ਰਹਿ ਗਏ ਉਹਨਾਂ ਵਿੱਚੋਂ ਕਈ ਮੜ ਕੇ ਉਸ ਤੋਂ ਬਾਅਦ ਦੇ ਵਿੱਚ ਬੰਬ ਧਮਾਕਿਆਂ ਵਿੱਚ ਜਾਂ ਹੋਰ ਹਮਲਿਆਂ ਦੇ ਵਿੱਚ ਮਾਰੇ ਗਏ ਆ ਬੇਸ਼ੱਕ ਸਾਡੇ ਇੱਥੇ 18-19 ਐਮਪੀ ਰਹੇ ਆ ਪਰ ਅਫਗਾਨਿਸਤਾਨ ਤੋਂ ਸਿੱਖਾਂ ਹਿੰਦੂਆਂ ਨੂੰ ਇੱਥੇ ਲਿਆਉਣ ਦੇ ਮਾਮਲੇ ਵਿੱਚ ਜੋ ਹੋਣਾ ਚਾਹੀਦਾ ਸੀ ਉਹ ਨਹੀਂ ਹੋ ਸਕਿਆ ਇਹਦਾ ਮਤਲਬ ਇਹ ਨਹੀਂ ਹੈ ਕਿ ਯੂਕਰੇਨੀ ਲੋਕ ਇੱਥੇ ਨਹੀਂ ਆਉਣੇ ਚਾਹੀਦੇ ਯੂਕਰੇਨੀ ਲੋਕ ਟੋਟਲੀ ਡਿਫਰੈਂਟ ਕੇਸ ਆ ਉਹਨਾਂ ਦੇ ਨਾਲ ਧੱਕਾ ਹੋ ਰਿਹਾ ਆ ਉਹਨਾਂ ਦੇ ਬੱਚਿਆਂ ਨੂੰ ਮਾਰਿਆ ਜਾ ਰਿਹਾ ਨਿਕੇ ਨਿਕੇ ਬੱਚੇ ਜਿਹੜੇ ਆ ਉਹ ਹਲਾਫੀਆਂ ਦੇ ਵਿੱਚ ਆਪਣੇ ਕੱਪੜੇ ਪਾ ਕੇ ਜਿੰਨਾ ਕਸਮਾਨ ਨਾਲ ਲੈ ਸਕਦੇ ਆ ਇੱਕ ਅਨਿਸ਼ਚਿਤ ਭੁੱਖ ਵੱਲ ਤੁਰੇ ਜਾ ਰਹੇ ਉਹਨਾਂ ਨੂੰ ਪਤਾ ਨਹੀਂ ਹੈਗਾ ਕਿ ਭੁੱਖ ਕੀ ਹੋਣਾ ਜਿਹੜਾ ਅਗਲਾ ਘਰ ਆ ਕਿੱਥੇ ਮਿਲਣਾ ਕਿਹੜੇ ਮੁਲਕ ਵਿੱਚ ਮਿਲਣਾ ਕੀ ਟਿਕਾਣਾ ਹੋਣਾ ਉਹਨਾਂ ਵੱਲ ਕਾਰਸੋਨਾ ਦੇਖ ਕੇ ਤੇ ਜਿਹੇ ਆ ਲੋਕ ਜਿਹੜੇ ਕਿਸਾਨਕੜ ਵਿੱਚ ਕਿਰੇ ਹੁਣ ਉਹਨਾਂ ਦੀ ਜ਼ਰੂਰ ਮਦਦ ਹੋਣੀ ਚਾਹੀਦੀ ਆ ਤੇ ਕੈਨੇਡਾ ਵੱਲੋਂ ਅਜਿਹਾ ਕਰਕੇ ਬਹੁਤ ਹੀ ਮਨੁੱਖਤਾ ਭਰਿਆ ਕਦਮ ਚੱਕਿਆ ਜਾ ਰਿਹਾ ਦੂਜੇ ਪਾਸੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੋਤਨ ਉਹ ਕਹਿੰਦੇ ਵੀ ਸਾਡਾ ਸਾਰਾ ਪਲਾਨ ਸਹੀ ਤਰੀਕੇ ਨਾਲ ਕੰਮ ਕਰ ਰਿਹਾ ਜੋ ਅਸੀਂ ਪਹਿਲਾਂ ਨੀਤੀ ਬਣਾਈ ਸੀ ਕਿ ਯੂਕਰੇਨ ਦੇ ਉੱਤੇ ਕਿਵੇਂ ਅਟੈਕ ਕਰਨਾ ਕਿਵੇਂ ਇਹਨੂੰ ਕਾਬੂ ਕਰਨਾ ਉਹ ਬਿਲਕੁਲ ਉਸੇ ਪਲਾਨ ਮੁਤਾਬਕ ਆ ਤੇ ਹੁਣ ਉਹਨਾਂ ਨੇ ਰੂਸੀ ਲੋਕਾਂ ਨੂੰ ਇਹ ਸੱਦਾ ਦਿੱਤਾ ਕਿ ਬਾਹਰਲੇ ਦੇ ਨਾਲ ਤਾਂ ਆਪਾਂ ਨਿਯਠ ਰਹੇ ਆ ਨਾਲ ਦੀ ਨਾਲ ਰੂਸੀ ਸਮਾਜ ਦੇ ਵਿੱਚ ਜਿਹੜੇ ਵਿਰੋਧੀਆਂ ਮੁਖਬਰਾਂ ਉਹਨਾਂ ਨੂੰ ਕਹਿੰਦੇ ਖਤਮ ਕਰਨ ਦਾ ਵੇਲਾ ਆ ਗਿਆ ਆ ਉਹ ਕਹਿੰਦੇ ਵੀ ਜਿੰਨੇ ਗਦਾਰ ਹੈਗੇ ਆ ਉਹਨਾਂ ਨੂੰ ਹੁਣ ਜਿਹੜਾ ਆ ਦੱਸਣ ਦੀ ਗੱਲ ਹੈਗੀ ਆ ਰੂਸ ਦੇ ਦੇਸ਼ ਭਗਤ ਲੋਕ ਜਿਹੜੇ ਆ ਰੂਸ ਪੱਖੀ ਲੋਕ ਆ ਉਹਨਾਂ ਲੋਕਾਂ ਨੂੰ ਜਿਹੜੇ ਆ ਉਹ ਕਹਿੰਦੇ ਵੀ ਚੱਬ ਜਾਣ ਛੋਟੀਆਂ ਚੀਜ਼ਾਂ ਨੂੰ ਮਿਜਰਸ ਜਿਹੜਾ ਉਹਨਾਂ ਲਫ਼ਜ਼ ਵਰਤੇ ਆ ਤਾਂ ਕਿ ਜਿਹੜੇ ਆ ਸਬਕ ਮਿਲੇ ਮੁਖਬਰਾਂ ਨੂੰ ਗਦਾਰਾਂ ਨੂੰ ਕਿ ਵਿਰੋਧੀਆਂ ਦੇ ਨਾਲ ਜਿਹੜਾ ਆ ਕਿਵੇਂ ਖੜੀਤਾ ਆ ਸੋ ਕਾਫੀ ਸਖਤ ਟੋਨ ਸੀਗੀ ਉਹਨਾਂ ਦੀ ਜਦੋਂ ਉਹ ਕੱਲ੍ਹ ਇਹ ਭਾਸ਼ਣ ਦੇ ਰਹੇ ਸੀਗੀ ਇਤਨਾ ਲਈ ਕੱਲ੍ਹ ਜੀ ਖਬਰ ਦਿੱਤੀ ਸੀ ਕਿ ਜਿਹੜਾ ਵੀਜ਼ਾ ਆ ਭਾਰਤ ਦਾ ਵੀਜ਼ਾ ਉਹ 156 ਦੇ ਮਲਕਾਂ ਦੇ ਵਾਸਤੇ ਜਿਹੜੇ ਈ ਟੂਰਿਸਟ ਵੀਜ਼ੇ ਜਿਹੜੇ ਆ 5 ਤੇ 10 ਸਾਲ ਦੇ ਰੱਦ ਕੀਤੇ ਹੋਏ ਉਹ ਕਰੋਨਾ ਤੋਂ ਬਾਅਦ ਹੁਣ ਮੁੜ ਬਹਾਲ ਕੀਤੇ ਗਏ ਆ ਇਸ ਮਾਮਲੇ ਦੇ ਵਿੱਚ ਹੋਰ ਅਪਡੇਟ ਆ ਗਈ ਆ ਕਿ 156 ਮਲਕ ਜਿਨ੍ਹਾਂ ਦੇ ਬਾਰੇ ਇਹ ਵੀਜ਼ੇ ਬਹਾਲ ਕੀਤੇ ਗਏ ਆ 5 ਤੇ 10 ਸਾਲ ਦੇ ਈ ਟੂਰਿਸਟ ਵੀਜ਼ੇ ਉਹਨਾਂ ਦੇ ਵਿੱਚ ਅਮਰੀਕਾ ਸ਼ਾਮਲ ਹੈ ਪਰ ਕੈਨੇਡਾ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੋ ਕੱਲ ਜਿਹੜੇ ਕੌਂਸਲ ਜਨਰਲ ਨੇ ਉਹਨਾਂ ਦੀਆਂ ਈਮੇਲਾਂ ਮੀਡੀਆ ਨੂੰ ਭਾਈਆਂ ਉਹਦੇ ਵਿੱਚ ਇਹ ਗੱਲ ਸਪਸ਼ਟ ਕੀਤੀ ਗਈ ਆ ਕਿ ਕੈਨੇਡਾ ਨੂੰ ਸੂਚੀ ਵਿੱਚ ਨਹੀਂ ਰੱਖਿਆ ਗਿਆ ਸੋ ਜਿਹੜੇ ਕੈਨੇਡੀਅਨ ਲੋਕਾਂ ਦੇ 5-10 ਸਾਲ ਦੇ ਈ ਟੂਰਿਸਟ ਵੀਜ਼ੇ ਲੱਗੇ ਸੀ ਉਹ ਹੱਲੇ ਵੀ ਸਸਪੈਂਡ ਹੀ ਰਹਿਣਗੇ ਸੋ ਇਹ ਸਵਾਲ ਪੈਦਾ ਹੁੰਦਾ ਬਹੁਤ سارے ਲੋਕਾਂ ਦੇ ਮਨਾਂ ਵਿੱਚ ਸਵਾਲ ਹੈ ਕਿ ਜੇ 156 ਮਲਕ ਹੋਰ ਜਿਹੜੇ ਆ ਉਹਨਾਂ ਨੂੰ ਸਹੂਲਤ ਦੇ ਦਿੱਤੀ ਗਈ ਆ ਤਾਂ ਫਿਰ ਕੈਨੇਡਾ ਦੇ ਜਿਹੜੇ ਸਿਟੀਜ਼ਨ ਨੇ ਉਹਨਾਂ ਨੂੰ ਇਹ ਕਿਉਂ ਰੋਕਿਆ ਗਿਆ ਉਕੇ ਤਾਂ ਕਿਤੇ ਸ਼ਾਇਦ ਅਕਲ ਦਿੱਤੀ ਜਾ ਰਹੀ ਹੈ ਕਿਸਾਨ ਮੋਰਚੇ ਦੇ ਵਿੱਚ ਜਿਸ ਤਰੀਕੇ ਨਾਲ ਕੈਨੇਡਾ ਤੋਂ ਹਮਾਇਤ ਗਈ ਹੈ ਸ਼ਾਇਦ ਉਹ ਕਿਤੇ ਨਾ ਕਿਤੇ ਰੜਕ ਰਹੀ ਹੈ ਵਰਨਾ ਕੈਨੇਡਾ ਹੀ ਇੱਕ ਐਡਾ ਵੱਡਾ ਮੌਲਕਾ ਜਿੱਥੋਂ ਕਿ ਸਭ ਤੋਂ ਵੱਧ ਲੋਕ ਜਿਹੜੇ ਆ ਭਾਰਤ ਦਾ ਵੀਜ਼ਾ ਲੈਂਦੇ ਆ ਤੇ ਉੱਥੇ ਹੀ ਜਿਹੜੇ ਆ ਵੀਜ਼ੇ ਆ ਉਹ ਬਹਾਲ ਨਹੀਂ ਕੀਤੇ ਗਏ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਅੱਜ ਪਹਿਲਾਂ ਟਵੀਟ ਆਇਆ ਜੀ ਸਵੇਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣਾ ਵੱਲੋਂ ਉਹ ਕਹਿੰਦੇ ਵੀ ਇੱਕ ਬਹੁਤ ਵੱਡਾ ਇਤਿਹਾਸਕ ਫੈਸਲਾ ਲਿਆ ਜਾ ਰਿਹਾ ਆ ਪੰਜਾਬ ਦੇ ਇਤਿਹਾਸ ਵਿੱਚ ਜਿਹੜਾ ਫੈਸਲਾ ਕਿਸੇ ਨੇ ਨਹੀਂ ਲਿਆ ਕਹਿੰਦੇ ਇਹ ਬਕਾਇਦਾ ਟਵੀਟ ਜਿਹੜਾ ਆ ਉਹਨਾਂ ਦਾ ਸੀਗਾ ਕੋਈ ਦਿਨ ਤੱਕ ਕਹਿੰਦੇ ਮੈਂ ਇਸ ਫੈਸਲੇ ਦਾ ਐਲਾਨ ਕਰਾਂਗਾ ਉਸ ਤੋਂ ਕੋਈ ਦਿਨ ਬਾਅਦ ਫਿਰ ਉਹ ਆਪਣੇ ਫੇਸਬੁੱਕ ਪੇਜ ਤੋਂ ਲਾਈਵ ਵੀ ਹੋਇਆ ਟਵਿੱਟਰ ਤੋਂ ਵੀ ਲਾਈਵ ਹੋਇਆ ਹੋਰ ਚੈਨਲ ਰਾਹੀਂ ਵੀ ਦੇਖਿਆ ਕਹਿੰਦੇ ਵੀ ਵੱਡਾ ਐਲਾਨ ਇਹ ਆ ਵੀ ਰਿਸ਼ਵਤ ਦੇਣ ਵਾਲੇ ਵੀ ਫੜਾਏ ਜਾਣ ਰਿਸ਼ਵਤ ਲੈਣ ਵਾਲੇ ਵੀ ਫੜਾਏ ਜਾਣ ਤੇ ਇਹਨਾਂ ਦੇ ਖਿਲਾਫ ਸਖਤ ਐਕਸ਼ਨ ਜਿਹੜਾ ਹੈ ਜੀ ਉਹ ਲਿਆ ਜਾਣਾ ਆ ਉਹ ਕਹਿੰਦੇ ਕਿ ਭ੍ਰਿਸ਼ਟਾਚਾਰ ਰੋਕੂ ਹੈਲਪਲਾਈਨ 23 ਮਾਰਚ ਨੂੰ ਸ਼ੀਰਪາກ ਸਿੰਘ ਦੇ ਸ਼ੀਦੀ ਦਿਹਾੜੇ ਦੇ ਉੱਤੇ ਜਾਰੀ ਕੀਤੀ ਜਾਊਗੀ ਜਿਹੜਾ ਕਿ ਸੰਤਾ WhatsApp ਨੰਬਰ ਹੋਊਗਾ ਤੁਸੀਂ ਉੱਥੇ ਆਪਣੀ ਸ਼ਿਕਾਇਤ ਆਡੀਓ ਰੂਪ ਦੇ ਵਿੱਚ ਵੀਡੀਓ ਰੂਪ ਦੇ ਵਿੱਚ ਲਿਖ ਕੇ ਭੇਜ ਸਕਦੇ ਆ ਸਬੂਤ ਨਾਲ ਜਿਹੜੇ ਜੋੜੇ ਜਾ ਸਕਦੇ ਆ ਤੇ ਬਹੁਤ ਸਖਤ ਐਕਸ਼ਨ ਜਿਹੜਾ ਇਸ ਦੇ ਉੱਤੇ ਲਿਆ ਜਾਊਗਾ ਹੁਣ ਇਹ ਗੱਲ ਬਹੁਤ ਚੰਗੀ ਆ ਜੇ ਇਹ ਗੱਲ ਸਹੀ ਸਾਫ਼ਤ ਹੁੰਦੀ ਆ ਤਾਂ ਇਹ ਦਾਬਕਾ ਜਿਹੜਾ ਆ ਉਹਦੇ ਤੇ ਅਮਲ ਵੀ ਕੀਤਾ ਜਾਂਦਾ ਇਹਦਾ ਬਹੁਤ ਚੰਗਾ ਸੰਦੇਸ਼ ਜਾਊਗਾ ਕਿਉਂਕਿ ਪੰਜਾਬ ਦੇ ਵਿੱਚ ਰਿਸ਼ਵਤਖੋਰੀ ਵੱਡੇ ਪੱਧਰ ਤੋਂ ਲੈ ਕੇ ਛੋਟੇ ਪੱਧਰ ਤੱਕ ਤੇ ਹੀਟਾਂ ਤੋਂ ਲੈ ਕੇ ਤਾਂ ਤੱਕ ਜਿਹੜੀ ਆ ਉਹਨੇ ਘਰ ਕੀਤਾ ਹੋਇਆ ਆ ਕੋਈ ਵੀ ਕੰਮ ਜੇ ਰਿਸ਼ਵਤ ਤੋਂ ਬਿਨਾਂ ਨਹੀਂ ਹੁੰਦਾ ਇਹ ਭ੍ਰਿਸ਼ਟਾਚਾਰ ਦੀ ਮਾਂ ਆ ਇਸ ਨੂੰ ਖਤਮ ਕਰਨਾ ਬੜਾ ਜ਼ਰੂਰੀ ਹੈ ਤੇ ਸਰਕਾਰ ਵੱਲੋਂ ਚੁੱਕਿਆ ਗਿਆ ਇਹ ਕਦਮ ਬਿਲਕੁਲ ਸ਼ਲਾਘਾਯੋਗ ਆ ਇਹ ਲੋਕ ਜਿਹੜੇ ਕਾਬੂ ਹੁਣੇ ਜ਼ਰੂਰ ਚਾਹੀਦੇ ਆ ਪਰ اونਲੀ ਗੱਲ ਆ ਕਿ ਭਗਵੰਤ ਮਾਨ ਹੁਣੇ ਦਾਅਵਾ ਕੀਤਾ ਕਿ ਬਹੁਤ ਵੱਡਾ ਇਤਿਹਾਸਕ ਫੈਸਲਾ ਮੈਂ ਲੈਣ ਜਾ ਰਿਹਾ ਜਿਹੜਾ ਕਿ ਪਹਿਲਾਂ ਕਦੀ ਕਿਸੇ ਨੇ ਨਹੀਂ ਲਿਆ ਇਹ ਗੱਲ ਜਿਹੜੀ ਆ ਸਹੀ ਨਹੀਂ ਜਾਪਦੀ ਕਿਉਂਕਿ ਜੇ ਗੱਲ ਪਿਛਲੀ ਨ ਸਰਕਾਰਾਂ ਦੀ ਕਰੀਏ ਤਾਂ ਬਾਦਲ ਸਰਕਾਰ ਵੇਲੇ ਵੀ ਅਜਿਹੀ ਹੈਲਪਲਾਈਨ ਜਿਹੜੀ ਆ ਸੁਖਬੀਰ ਸਿੰਘ ਬਾਦਲ ਹੁਣਾ ਬੋਲੋ ਜਾਰੀ ਕੀਤੀ ਗਈ ਸੀ ਇਥੋਂ ਤੱਕ ਕਿ ਸੁਖਬੀਰ ਸਿੰਘ ਬਾਦਲ ਹੁਣਾ ਦੀ ਈਮੇਲ ਜਿਹੜੀ ਇੱਕ ਜੀਮੇਲ ਵਾਲੀ ਤੇ ਫੋਨ ਨੰਬਰ ਉਹ ਵੀ ਦਿੱਤਾ ਗਿਆ ਸੀਗਾ ਤੇ ਇਸ ਤੋਂ ਵੀ ਉੱਪਰ ਇਨਾਮ ਰੱਖਿਆ ਗਿਆ ਸੀਗਾ ਕਿ ਜਿਹੜਾ ਬੰਦਾ ਫੜਾਊਗਾ ਉਹਨੂੰ 25000 ਰੁਪਏ ਦਾ ਇਨਾਮ ਮਿਲੂਗਾ ਤੇ ਜੇ ਕੋਈ ਵੱਡਾ ਅਫਸਰ ਫੜਾਇਆ ਜਾਂਦਾ ਤਾਂ ਉਹਨੂੰ 50 ਹਜ਼ਾਰ ਰੁਪਏ 1000 ਰੁਪਏ ਨਕਦ ਇਨਾਮ ਦਿੱਤੇ ਜਾਣਗੇ ਸੋ ਐਸਾ ਨਹੀਂ ਹੈਗਾ ਕਿ ਇਹ ਗੱਲ ਪਹਿਲਾਂ ਨਹੀਂ ਹੋਈ ਇਸ ਤੋਂ ਪਹਿਲਾਂ ਮਨਪ੍ਰੀਤ ਬਾਦਲ ਹੋਂਣਾ ਨੇ ਵੀ ਇੱਕ ਹੌਟਲਾਈਨ ਜਾਰੀ ਕੀਤੀ ਸੀਗੀ ਸੌ ਚੱਕਣ ਤੋਂ ਬਾਅਦ ਮਨਪ੍ਰੀਤ ਬਾਦਲ ਜਿਹੜੇ ਆ ਉਹ ਲੋਕਾਂ ਦੇ ਵਿੱਚ ਤੁਰੇ ਫਿਰਦੇ ਸੀਗੇ ਕਈ ਉਹਨਾਂ ਨੇ ਪੁਲਿਸ ਵਾਲੇ ਤੇ ਹੋਰ ਅਫੀਸਰ ਫੜੇ ਲਾਈਵ ਕਰ ਕਰਕੇ ਉਹਦਾ ਵੀਡੀਓ ਪਾਈਆਂ ਸੀਗੀਆਂ ਪਰ ਬਾਅਦ ਦੇ ਵਿੱਚ ਸਾਰੇ ਉਹੋ ਜਿਹੇ ਹੋ ਜਾਂਦੇ ਆ ਤੇ ਅਮਲ ਨਹੀਂ ਕੀਤਾ ਜਾਂਦਾ ਹੁਣ ਭਗਵੰਤ ਸਿੰਘ ਹੋਂਣਾ ਦੀ ਸਰਕਾਰ ਪਹਿਲੀ ਵਾਰੀ ਬਣੀ ਆ ਕੋਸ਼ਿਸ਼ ਕਰਕੇ ਪਹਿਲਾਂ ਹੀ ਅੰਦਾਜ਼ਾ ਲਾਉਣਾ ਵੀ ਸਹੀ ਨਹੀਂ ਹੈ ਕਿ ਪਹਿਲਾਂ ਕਹਿ ਦਈਏ ਕਿ ਇਹ ਅਮਲ ਨਹੀਂ ਕਰਨਗੇ ਪਰ ਗੱਲ ਇਹ ਹੈ ਕਿ ਇਹ ਗੱਲ ਕਹਿਣੀ ਵਾਜਬ ਨਹੀਂ ਕਿ ਪਹਿਲਾਂ ਕਦੀ ਕਿਸ ਨੇ ਐਲਾਨ ਨਹੀਂ ਕੀਤਾ ਕਿ ਬਹੁਤ ਵੱਡਾ ਫੈਸਲਾ ਆ ਹਾਂ ਜੇ ਤੁਸੀਂ ਅਮਲ ਕਰਕੇ ਦਿਖਾ ਦਿਓਗੇ ਇਸ ਗੱਲ ਦੇ ਉੱਤੇ ਇਹ ਬੜਾ ਸ਼ਲਾਘਾਯੋਗ ਕਦਮ ਹੋਊਗਾ ਇਹ ਇਤਿਹਾਸਿਕ ਗੱਲ ਜਿਹੜੀ ਆ ਹੋਣੀ ਆ ਐਲਾਨ ਸਾਰੇ ਕਰ ਦਿੰਦੇ ਆ ਅਮਲ ਜਿਹੜਾ ਹੈ ਉੱਤੇ ਹੋਣਾ ਉਹ ਵੱਡੀ ਗੱਲ ਹੁੰਦੀ ਕਿ ਤੇ ਉਮੀਦ ਹੈ ਕਿ ਭਗਵੰਤ ਮਾਨ ਨਾਲ ਹੋਣਾਂ ਦੀ ਸਰਕਾਰ ਜਿਹੜੀ ਆ ਇਸ ਫੈਸਲੇ ਦੇ ਉੱਤੇ ਅਮਲ ਵੀ ਕਰੂਗੀ ਤੇ ਪੰਜਾਬ ਦੇ ਵਿੱਚ ਰਿਸ਼ਵਤ ਖੋਰ ਜਿਹੜੇ ਆ ਤਸਿਲਾਂ 'ਚ ਬੈਠੇ ਆ ਸਕੂਲਾਂ 'ਚ ਬੈਠੇ ਆ ਹਸਪਤਾਲਾਂ 'ਚ ਬੈਠੇ ਆ ਸੈਕਟਰੀਟੇਟ ਦੇ ਵਿੱਚ ਬੈਠੇ ਆ ਵੱਡੇ ਵੱਡੇ ਠਾਣਿਆਂ ਦੇ ਵਿੱਚ ਡੀਸੀ ਦਫ਼ਤਰਾਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਨੱਥ ਪਾਈ ਜਾਊਗੀ ਤਾਂ ਕਿ ਪੰਜਾਬ ਜਿਹੜਾ ਆ ਛੋਟੇ ਪੱਧਰ ਤੋਂ ਲੈ ਕੇ ਉੱਪਰ ਤੱਕ ਭ੍ਰਿਸ਼ਟਾਚਾਰ ਮੁਕਤ ਹੋ ਸਕੇ ਜੀ ਇਸ ਦੇ ਨਾਲ ਹੀ ਜਿਹੜੀ ਅਗਲੀ ਗੱਲ ਚੱਲ ਰਹੀ ਹੈ ਉਹ ਇਹ ਕਿ ਹੁਣ ਪੰਜਾਬ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਕਿ 92 ਸੀਟਾਂ ਆਮ ਆਦਮੀ ਪਾਰਟੀ ਨੂੰ ਮਿਲੀਆਂ ਆ ਬਹੁਤ ਵੱਡੇ ਬਹੁਮਤ ਦੇ ਨਾਲ ਲੋਕਾਂ ਨੇ ਜਤਾਇਆ ਆ ਤੇ ਭਾਰਤ ਦੇ ਵਿੱਚ ਦੋ ਤਰ੍ਹਾਂ ਦੇ ਪ੍ਰਬੰਧ ਆ ਇੱਕ ਲੋਕ ਸਭਾ ਆ ਤੇ ਇੱਕ ਰਾਜ ਸਭਾ ਆ ਵਿਧਾਨ ਸਭਾ ਦੇ ਵਿੱਚ ਕਿਸ ਪਾਰਟੀ ਦੇ ਕਿੰਨੇ ਐਮ ਐਲ ਏ ਜਿੱਤੇ ਹੋਏ ਆ ਉਹਦੇ ਹਿਸਾਬ ਦੇ ਨਾਲ ਰਾਜ ਸਭਾ ਦੇ ਵਿੱਚ ਜਿਹੜੀ ਹੈ ਪ੍ਰਤੀਨਿਧਤਾ ਮਿਲਦੀ ਆ ਨਮਾਇੰਦਗੀ ਮਿਲਦੀ ਆ ਤੇ ਹੁਣ ਆਮ ਆਦਮੀ ਪਾਰਟੀ ਦੇ ਜਿਸ ਤਰ੍ਹਾਂ ਦੇ ਨਾਲ ਵਿਧਾਇਕ ਜਿੱਤੇ ਆ ਰਾਜ ਸਭਾ ਦੇ ਵਿੱਚ ਇਹਨਾਂ ਦੇ 7 ਮੈਂਬਰ ਜਿਹੜੇ ਭੇਜੇ ਜਾਣੇ ਆ। ਸੋ ਇਸ ਗੱਲ ਨੂੰ ਲੈ ਕੇ ਹੁਣ ਜਿਹੜੀ ਗੱਲ ਚੱਲ ਰਹੀ ਹੈ ਕਿ ਜਿਹੜੇ 7 ਜਾਣੇ ਭੇਜੇ ਜਾਣੇ ਆ ਰਾਜ ਸਭਾ ਦੇ ਵਿੱਚ ਇਹ ਯਕੀਨੀ ਬਣਾਇਆ ਜਾਵੇ ਭਗਵੰਤ ਮਾਨ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਕਿ ਉਹ ਪੰਜਾਬੀ ਹੋਣ ਕੋਈ ਬਾਹਰਲਾ ਬੰਦਾ ਨਾ ਇਸ ਗੱਲ ਦਾ ਲਾਹਾ ਲੈ ਜਾਵੇ ਕਿ ਬਾਹਰੋਂ ਪੰਜਾਬ ਦੇ ਨਾਂ ਦੇ ਉੱਤੇ ਰਾਜ ਸਭਾ 'ਚ ਬੰਦੇ ਭੇਜੇ ਜਾਣ। ਇਹ ਪੰਜਾਬ ਦਾ ਹੱਕ ਬਣਿਆ ਆ। ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿਤਾਇਆ ਤਾਂ ਰਾਜ ਸਭਾ ਦੇ ਵਿੱਚ ਵੀ ਪੰਜਾਬੀ ਬੰਦੇ ਜਾਣੇ ਚਾਹੀਦੇ ਆ ਜਿੱਥੇ ਕਿ ਬਹੁਤ ਬੋਲਣ ਦੀ ਲੋੜ ਹੁੰਦੀ ਆ ਜਿੱਥੇ ਕਿ ਫੈਸਲੇ ਲੈ ਜਾਂਦੇ ਆ ਵੱਡੇ ਵੱਡੇ ਤੇ ਵੱਡੇ ਵੱਡੇ ਬਿੱਲ ਪਾਸ ਹੁੰਦੇ ਆ ਉਥੇ ਉਹੀ ਬੰਦੇ ਭੇਜਣੇ ਚਾਹੀਦੇ ਜਿਹੜੇ ਸਮਰੱਥ ਵੀ ਹੋਣ ਹੁੰਦਾ ਕੀ ਆ ਕਿ ਪਹਿਲੀਆਂ ਸਰਕਾਰਾਂ ਦੇ ਵਿੱਚ ਬੰਦੇ ਜਿਹੜੇ ਚਾਪਲੂਸ ਕੋਈ ਕਿਸੇ ਅਖਬਾਰ ਦਾ ਸੰਪਾਦਕ ਭੇਜ ਦਿੱਤਾ ਕੋਈ ਕੋਈ ਹੋਰ ਦੋਸਤ ਮਿੱਤਰ ਜਿਹੜਾ ਕਿਸੇ ਪਾਰਟੀ ਦਾ ਕਰੀਬੀ ਸੀ ਉਹ ਭੇਜ ਦਿੱਤਾ ਪਰ ਉਹ ਸਿਰਫ ਉੱਥੇ ਜਾ ਕੇ ਆਪਣੀ ਸੀਰੀਕਟ ਨਿੱਗੀ ਕਰਦੇ ਰਹੇ ਆ ਉਹਨਾਂ ਨੇ ਪੰਜਾਬ ਦੇ ਭਲੇ ਦੇ ਵਾਸਤੇ ਇੱਕ ਅੱਖਰ ਵੀ ਮੂੰਹੋਂ ਨਹੀਂ ਕੱਢਿਆ ਤੇ ਜੇ ਹੁਣ ਆਮ ਆਦਮੀ ਪਾਰਟੀ ਨੂੰ ਮੌਕਾ ਮਿਲਿਆ ਬਦਲਾਅ ਦੀ ਗੱਲ ਉਹ ਕਰ ਰਹੇ ਆ ਤਾਂ ਸੱਤ ਮੈਂਬਰ ਯਕੀਨ ਨੇ ਬਣਾਏ ਜਾਣ ਕਿ ਜਿਹੜੇ ਬੰਦੇ ਭੇਜਣੇ ਆ ਉਹ ਪੰਜਾਬ ਤੋਂ ਹੋਣ ਪੰਜਾਬੀ ਹੋਣ ਤੇ ਪੰਜਾਬ ਦੀਆਂ ਗੱਲਾਂ ਰਾਸ਼ਟਰ ਸਭਾ ਦੇ ਵਿੱਚ ਕਰਨ ਦੇ ਸਮਰੱਥ ਵੀ ਹੋਣ ਤਾਂ ਹੀ ਜਿਹੜੀ ਇਹ ਅਜਿਤ ਸਹੀ ਹੋ ਸਕਦੀ ਹੈ ਸੋ ਮੀਤ ਜਾ ਕੇ ਭਗਵੰਤ ਮਾਨ ਹੋਣੀ ਇਸ ਗੱਲ ਦੇ ਉੱਤੇ ਅਮਲ ਕਰਨਗੇ ਇਹਦੇ ਨਾਲ ਹੀ ਜਿਥੇ ਹੋਲੀ ਦਾ ਤਿਹਾਰ ਭਾਰਤ ਵਿੱਚ ਮਨਾਇਆ ਜਾ ਰਿਹਾ ਸੀ ਨਾਲ ਦੀ ਨਾਲ ਲੀਡਰਾਂ ਨੇ ਵੀ ਹੋਲੀ ਖੇਢੀ ਹੈ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦੂਜੇ ਪਾਸੇ ਹਰਿਆਣਾ ਦੇ ਮੁੱਖ ਮੰਤਰੀ ਮਨੋਹ ਲਾਲ ਖੱਟੜ ਇਹਨਾਂ ਨੇ ਵੀ ਹੋਲੀ ਦਾ ਤਿਹਾਰ ਮਨਾਇਆ ਇੱਕ ਦੂਜੇ ਦੇ ਰੰਗ ਲਾਇਆ ਬੜੇ ਖੁਸ਼ੀ ਭਰੇ ਮਾਹੌਲ ਵਿੱਚ ਇੱਕ ਦੂਜੇ ਨੂੰ ਮਿਲੇ ਆ ਉਸ ਤੋਂ ਬਾਅਦ ਨਾਲ ਹੀ ਮਨੋਹ ਲਾਲ ਖੱਟੜ ਨੇ ਇੱਕ ਡਿਵੀਟ ਕਰ ਦਿੱਤਾ ਉਹ ਕਹਿੰਦੇ ਵੀ ਐਸਵਾਈਐਲ ਨਹਿਰ ਇੱਕ ਲੰਮਾ ਜਿਹੜਾ ਪੰਜਾਬ ਦਾ ਮੁੱਦਾ ਪਾਣੀਆਂ ਦੇ ਸਬੰਧੀ ਹਰਿਆਣਾ ਬਣਾਉਣ ਦੀ ਮੰਗ ਕਰ ਰਿਹਾ ਪੰਜਾਬ ਕਹਿੰਦਾ ਵੀ ਸਾਡੇ ਕੋਲ ਤਾਂ ਪਾਣੀ ਵੱਧੂ ਹੈ ਨਹੀਂ ਅਸੀਂ ਕਿਵੇਂ ਦੇ ਸਕਦੇ ਆ ਪਿਛਲੀ ਬਾਦਲ ਸਰਕਾਰ ਨੇ ਇੱਕ ਮਤਾ ਪਾਸ ਕਰਕੇ ਐਸਵਾਈਐਲ ਦੇ ਵਿੱਚ ਆਈ ਜ਼ਮੀਨ ਵੀ ਜਿਹੜੀ ਆ ਕਿਸਾਨਾਂ ਨੂੰ ਬੋੜ ਦਿੱਤੀ ਸੀ ਲੋਕਾਂ ਨੇ ਵਾਹ ਵੀ ਲਈ ਆ ਤੇ ਹੁਣ ਮਨੋਰ لال ਖੱਟੜਾ ਕਹਿੰਦੇ ਵੀ ਹੁਣ ਜਿਹੜੀ ਮੌਜੂਦਾ ਸਰਕਾਰ ਆ ਭਗਵੰਤ ਮਾਨ ਹੁਣ ਦੀ ਸਰਕਾਰ ਆ ਇਹਦਾ ਫਰਜ਼ ਬਣਦਾ ਕਿ ਜਲਦ ਤੋਂ ਜਲਦ SYL ਲਿੰਕ ਨਹਿਰ ਦੀ ਜਿਹੜੀ ਆ ਸਾਰੀ ਕਰਕੇ ਦੇਣ ਕਿਉਂਕਿ ਇਹਨਾਂ ਦੀ ਦੋਹਰੀ ਜਵਾਬ ਦੇਹੀ ਆ ਉਹ ਕਹਿੰਦੇ ਹਰਿਆਣੇ ਨੇ ਪੰਜਾਬ ਤੋਂ ਪਾਣੀ ਲੈਣਾ ਆ ਤੇ ਗਾਂਹ ਦਿੱਲੀ ਨੂੰ ਪਾਣੀ ਵਿੱਚੋਂ ਬੰਨਦਾ ਦੇਣਾ ਆ ਦਿੱਲੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੇ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਦਿੱਲੀ ਨੂੰ ਪਾਣੀ ਅਸੀਂ ਤਾਂ ਹੀ ਦੇ ਸਕਦੇ ਆ ਜੇ ਪੰਜਾਬ ਸਾਨੂੰ ਪਾਣੀ ਦਊਗਾ ਸੋ ਇਸ ਕਰਕੇ ਕਹਿੰਦੇ ਸੀ ਭਗਵੰਤ ਮਾਨ ਨੂੰ ਕਹਿੰਨੇ ਆ ਵੀ ਹੁਣ ਤੁਹਾਡੀ ਸਰਕਾਰ ਆ ਦੋਹਾਂ ਦੇ ਪਾਸੇ ਤੇ ਸਤਲੁਜ ਜਮਨਾ ਲਿੰਕ ਨਹਿਰ ਦੀ ਉਹ ਸਾਰੀ ਜਿਹੜੀ ਆ ਉਹ ਜਲਦ ਤੋਂ ਜਲਦ ਕਰਾਈ ਜਾਵੇ ਫੌਂਡਿੰਗ ਦਾ ਮੁੱਦਾ ਇੱਕ ਬਹੁਤ ਵੱਡਾ ਮੁੱਦਾ ਆ ਇਸ ਮੁੱਦੇ ਦੇ ਉੱਤੇ ਹੁਣ ਭਗਵੰਤ ਮਾਨ ਹੁਣੀ ਕੀ ਸਟੈਂਡ ਲੈਂਦੇ ਆ ਕੀ ਜਵਾਬ ਦਿੰਦੇ ਆ ਇਹਦੇ ਵੱਲ ਵੀ ਨਜ਼ਰਾਂ ਲੱਗੀਆਂ ਹੋਈਆਂ ਮੈਂ ਪਹਿਲਾਂ ਵੀ ਕਿਹਾ ਕਿ ਹਜੇ 100 ਦਿਨ ਦੇਣਾ ਪੈਣਾ ਹੈ ਸਰਕਾਰ ਨੂੰ ਕਿਉਂਕਿ ਹਲੇ ਉਹਨਾਂ ਨੇ ਮੰਤਰੀਆਂ ਦੇ ਵਿਭਾਗ ਵੰਡਣੇ ਆ ਉਸ ਤੋਂ ਬਾਅਦ ਸਰਕਾਰ ਨੂੰ ਥੋੜਾ ਬਹੁਤਾ ਸੈਟਲ ਹੋਣਾ ਆ ਉਸ ਤੋਂ ਬਾਅਦ ਪਤਾ ਲੱਗਣਾ ਕਿ ਸਰਕਾਰ ਆਪਣੇ ਵਾਅਦਿਆਂ ਬਾਰੇ ਕੀ ਕਰਦੀ ਆ ਬਹੁਤੀ ਜਲਦਬਾਜ਼ੀ ਕਰਨ ਦੀ ਲੋੜ ਨਹੀਂ ਹੁੰਦੀ ਪਰ ਜਿਹੜੇ ਇਹੋ ਜਿਹੇ ਮੋਰੇ ਨੁਕਤੇ ਉਠਾਏ ਜਾ ਰਹੇ ਆ ਤਾਂ ਜਵਾਬ ਕਿਤਨਾ ਕਦੇ ਦੇਣਾ ਪੈਣਾ ਆ ਲੋਕਾਂ ਨੂੰ ਵੀ ਹੁਣ ਨਜ਼ਰਾਂ ਜਿਹੜੀਆਂ ਲੋਕਾਂ ਆਮ ਆਦਮੀ ਪਾਰਟੀ ਸਰਕਾਰ ਵੱਲ ਦੇਖ ਰਹੀਆਂ ਕਿਹੜੇ ਪੰਜਾਬ ਦੇ ਗੰਭੀਰ ਮੁੱਦੇ ਆ ਨਸ਼ੇ ਆ ਇਹ ਬੇਰੁਜ਼ਗਾਰੀ ਆ ਜਾਂ ਹੈ ਪਾਣੀਆਂ ਦਾ ਮੁੱਦਾ ਬਹੁਤ ਵੱਡਾ ਆ ਇਹਨੂੰ ਕਿਵੇਂ ਟ੍ਰੈਕਲ ਕਰਦੇ ਆ ਸੋ ਜਿਹੜੇ ਪਾਣੀ ਮੰਗਣ ਵਾਲੇ ਆ ਜੀ ਉਹ ਤਾਂ ਦਰਬਾਰ ਦੇ ਵਿੱਚ ਆਣ ਕੇ ਖੜ ਗਏ ਆ ਤੇ ਸਵਾਲ ਪਾ ਦਿੱਤਾ ਉਹਨਾਂ ਨੇ ਗੱਲ ਕਰੀਏ ਅਕਾਲੀ ਦਲ ਦੀ ਕਾਲੀ ਦਲ ਵੀ ਕਿਸੇ ਵੀ ਤਰੀਕੇ ਕਾਂਗਰਸ ਨਾਲੋਂ ਵੱਖ ਹੋ ਕੇ ਨਹੀਂ ਚੱਲ ਰਿਹਾ ਸੁਖਬੀਰ ਬਾਦਲ ਹੁਣੇ ਕਹਿੰਦੇ ਵੀ ਮੈਂ ਅਸਤੀਫਾ ਦੇਣ ਲਈ ਤਿਆਰ ਆ ਪਰ ਜਿਹੜੇ ਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਨੇ ਅਡੜ ਪ੍ਰਧਾਨਾਂ ਦੇ ਮੁਖੀ ਆ ਉਹ ਨਹੀਂ ਮੰਨਦੇ ਵੀ ਉਹ ਕਹਿੰਦੇ ਨਹੀਂ ਸਾਨੂੰ ਇਹ ਅਸੀਂ ਤੁਹਾਡਾ ਅਸਤੀਫਾ ਰੱਦ ਕਰਦੇ ਆ ਸਾਨੂੰ ਤੁਸੀਂ ਹੀ ਪ੍ਰਧਾਨ ਵਜੋਂ ਮਨਜ਼ੂਰ ਹੈਗੇ ਆ ਸੋ ਇਹ ਹੀ ਕੋਈ ਸੋਨੀਆ ਗਾਂਧੀ ਦਾ ਹਰਲ ਗਾਂਧੀ ਹੁਣੀ ਕਰਦੇ ਆ ਰਹੇ ਆ ਹਰੇਕ ਹਾਰ ਤੋਂ ਬਾਅਦ ਮੀਟਿੰਗ ਹੁੰਦੀ ਸੀਗੀ ਜਿਹੜਾਂ ਦੇ ਚਾਪਲੂਸ ਝੂਲੀ ਚੱਕ ਹੁੰਦੇ ਸੀ ਕੋਈ ਨਹੀਂ ਜੀ ਨਹੀਂ 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 ਤੁਸੀਂ ਨਾ ਅਸਤੀਫਾ ਦਿਓ ਸਾਨੂੰ ਤੁਹਾਡੇ ਵਿੱਚ ਪੂਰਾ ਯਕੀਨ ਆ ਦੇਖਦੇ ਆਂ ਦੇਖਦੇ ਆਂ ਕਾਂਗਰਸ ਪਹਿਲਾਂ ਭਾਰਤ ਤੋਂ ਖਤਮ ਹੋਈ ਹੁਣ ਪੰਜਾਬ ਦੇ ਵਿੱਚੋਂ ਵੀ ਖਤਮ ਹੋ ਗਈ ਪਰ ਗਾਂਧੀ ਪਰਿਵਾਰ ਟਾਸ ਤੋਂ ਮਾਸਣਾ ਹੋਇਆ ਉਸੇ ਹੀ ਰਾਹ ਦੇ ਉੱਤੇ ਬਾਦਲ ਪਰਿਵਾਰ ਚੱਲ ਰਿਹਾ ਆ ਹਾਲ ਇਹ ਹੋ ਗਿਆ ਕਿ ਪੰਜਾਬ ਦੇ ਵਿੱਚ 10 ਸੀਟਾਂ ਮਿਲੀਆਂ ਦਿੱਲੀ ਸਿੱਖ ਗੁਰਦਾਰ ਪਰੰਦਰ ਕਮੇਟੀ ਦੇ ਜਿੰਨੇ ਮੈਂਬਰ ਸੀਗੇ ਉਹ ਸਾਰੇ ਭੱਜ ਗਏ ਤੇ ਹੋਰ ਜਿਹੜੇ ਪਾਰਟੀ ਵਿੱਚੋਂ ਲੋਕ ਆ ਉਹ ਵੀ ਛੱਡ ਛੱਡ ਜਾ ਰਹੇ ਆ ਪਰ ਹੱਲੇ ਵੀ ਬਾਦਲ ਪਰਿਵਾਰ ਜਿਹੜਾ ਆ ਉਹ ਜਫਾ ਛੱਡਣ ਲਈ ਰਾਜ਼ੀ ਨਹੀਂ ਹੈਗਾ ਤੇ ਬਹਾਨਾ ਉਹੀ ਜਿਹੜਾ ਸੋਨੀਆ ਗਾਂਧੀ ਹੁਣੀ ਲਾਉਂਦੇ ਵੀ ਹੇਠ ਲੈ ਨਹੀਂ ਜਾਣ ਦਿੰਦੇ ਉਹੀ ਲਾਇਆ ਜਾ ਰਿਹਾ ਆ ਜਿਨ੍ਹਾਂ ਚਿਹਰਾ ਟਕਸਾਲੀ ਅਕਾਲੀਆਂ ਨੂੰ ਸਾਹਮਣੇ ਬਾਦਲ ਪਰਿਵਾਰ ਅਕਾਲੀ ਦਲ ਨੂੰ ਲਾਂਬੇ ਨਹੀਂ ਹੁੰਦਾ ਉਹਨਾਂ ਜਰ ਅਕਾਲੀ ਦਲ ਦਾ ਭਲਾ ਜਿਹੜਾ ਆ ਉਹ ਨਹੀਂ ਹੋ ਸਕਦਾ ਸੋ ਪਾਰਟੀ ਲੀਡਰਸ਼ਿਪ ਨੂੰ ਵੀ ਗੱਲ ਸੋਚਣੀ ਚਾਹੀਦੀ ਆ ਬਾਦਲ ਹੁਣਾਂ ਨੂੰ ਸੋਚਣੀ ਚਾਹੀਦੀ ਆ ਕਿ ਇਸ ਅਕਾਲੀ ਦਲ ਨੇ ਬਾਦਲ ਪਰਿਵਾਰ ਨੂੰ ਬਹੁਤ ਕੁਝ ਦਿੱਤਾ ਮਤਲਬ ਬਾਦਲ ਪਰਿਵਾਰ ਨੂੰ ਦਿਨ ਦਾ ਦੰਦਾ ਹੈ ਅਕਾਲੀ ਦਲ ਜਿਹੜਾ ਆ ਖੁਦ ਮਰਨ ਕੰਡੇ ਹੋ ਗਿਆ ਸਿਰਫ ਤਿੰਨ ਸੀਟਾਂ ਤੱਕ ਸੀਮਿਤ ਹੋਣਾ ਪੈ ਗਿਆ ਸੋ ਹੁਣ ਵੀ ਘੱਟੋ ਘੱਟ ਬਾਦਲ ਪਰਿਵਾਰ ਨੂੰ ਚਾਹੀਦਾ ਕਿ ਉਹ ਨੈਤਿਕਤਾ ਮਾੜੀ ਮੋਟੀ ਰੱਖ ਕੇ ਅਕਾਲੀ ਦਲ ਦਾ ਖਹਿੜਾ ਛੱਡਣ ਤਾਂ ਕਿ ਮੁੜ ਕੇ ਜਿਹੜੇ ਗਰਾਊਂਡ ਲੈਵਲ ਤੋਂ ਅਕਾਲੀ ਵਰਕਰ ਆ ਪਰ ਸਾਲੀ ਅਕਾਲੀ ਪਰਿਵਾਰ ਆ ਜਿਨ੍ਹਾਂ ਨੇ ਕੇਸ ਅਕਾਲੀ ਦਲ ਨੂੰ ਬਣਾਉਣ ਅਤੇ ਇੱਥੇ ਤੱਕ ਲਿਆਉਣ ਵਿੱਚ ਬਹੁਤ ਵੱਡਾ ਰੋਲ ਨਿਭਾਇਆ ਉਹ ਮੁੜ ਕੇ ਅਕਾਲੀ ਦਲ ਨੂੰ ਪੁਨਰ ਸਿਰਜੀਤ ਕਰ ਸਕਣ ਜੀ ਸੋ ਲੋਕਪੇਸ਼ ਖਾਲੇ ਵੀ ਇਹੀ ਕਹਿ ਰਹਾ ਹੈ ਕਿ ਬਾਦਲ ਪਰਿਵਾਰ ਜਿਹੜਾ ਆ ਇਹ ਪ੍ਰਧਾਨਗੀ ਕਦੇ ਨਹੀਂ ਛੱਡੇਗਾ ਚਾਹੇ ਇਹ ਪਾਰਟੀ ਦੇ ਦੋਨੇ ਪਿਓ ਪੁੱਤ ਰਹਿ ਜਾਣ ਪਰ ਫਿਰ ਵੀ ਆਸੇ ਪਾਸੇ ਜ਼ੋਰ ਬਹੁਤ ਪੈ ਰਿਹਾ ਆ ਕਿ ਹੁਣ ਬਹੁਤ ਹੋ ਗਿਆ ਬਾਦਲ ਪਰਿਵਾਰ ਨੂੰ ਛੱਡ ਦੇਣਾ ਚਾਹੀਦਾ ਆ ਜੀ ਇਸ ਨਾਲ ਹੀ ਜੇ ਗੱਲ ਕਰੀਏ ਆਪਾਂ ਵੱਡੇ ਬਦਲ ਸਾਹਿਬ ਦੀ ਤੇ ਵੱਡੇ ਬਦਲ ਸਾਹਿਬ ਦੇ ਬਾਰੇ ਖਬਰਾਂ ਘੁੰਮ ਰਹੀਆਂ ਸੀਗੀਆਂ ਕਿ ਇਹਨਾਂ ਨੂੰ ਪੰਜ ਪੈਨਸ਼ਨਾਂ ਲੱਗਣੀਆਂ ਆ ਤੇ ਇਸ ਕਰਕੇ ਹੁਣ ਉਹਨਾਂ ਨੇ ਵੀ ਉੱਤੇ ਪ੍ਰਤੀਕਿਰਿਆ ਜਿਹੜੀ ਆ ਦਿੱਤੀ ਆ ਉਹ ਕਹਿੰਦੇ ਵੀ ਜਿਹੜੀ ਮੈਂ ਆਪਣੀ ਪੈਨਸ਼ਨਾਂ ਪੰਜਾਬ ਸਰਕਾਰ ਨੂੰ ਸੌਂਪ ਰਿਹਾ ਆ ਮੈਨੂੰ ਪੈਨਸ਼ਨ ਜਿਹੜੀ ਆ ਉਹ ਨਹੀਂ ਚਾਹੀਦੀ ਜਿਹੜੀ ਕਿ ਇੱਕ ਸਾਬਕਾ ਵਿਧਾਇਕ ਨੂੰ ਮਿਲਦੀ ਆ ਤੇ ਮੈਂ ਚਾਹੁੰਦਾ ਕਿ ਮੇਰੀ ਪੈਨਸ਼ਨ ਲੋਕ ਭਲਾਈ ਦੇ ਉੱਤੇ ਖਰਚੀ ਜਾਵੇ ਮੇਰੀ ਪੈਨਸ਼ਨ ਲੜਕੀਆਂ ਦੀ ਪੜ੍ਹਾਈ ਦੀ ਗਣਨੀ ਦੀ ਸਕੀਮਾਂ ਆ ਉਹਨਾਂ ਦੇ ਵਿੱਚ ਪਾਤੀ ਜਾਵੇ ਮੈਂ ਪੰਜਾਬ ਸਰਕਾਰ ਨੂੰ ਇਹ ਅਹ ਬੇਨਤੀ ਕਰਦਾ ਹਾਂ ਕਿ ਵਿਧਾਨ ਸਭਾ ਸਪੀਕਰ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਕਿ ਇਹ ਰਕਮ ਜਿਹੜੀ ਆ ਕਿਸੇ ਵੀ ਤਰੀਕੇ ਨਾਲ ਨਹੀਂ ਭੇਜੀ ਜਾਣੀ ਚਾਹੀਦੀ ਤੇ ਰਸਮੀ ਤੌਰ ਦੇ ਉੱਤੇ ਵੀ ਮੈਂ ਬੇਨਤੀ ਕਰੂੰਗਾ ਇਹ ਗੱਲ ਉਹਨੇ ਕਿ ਟਵੀਟ ਦੇ ਵਿੱਚ ਜਿਹੜੀ ਆ ਕਹੀ ਆ ਹੁਣ ਸਮਝਣ ਵਾਲੀ ਗੱਲ ਇਹ ਹੈ ਕਿ ਪੈਨਸ਼ਨ ਉਦੋਂ ਮਿਲਦੀ ਆ ਜਦੋਂ ਬੰਦਾ ਰਿਟਾਇਰ ਹੋ ਜਾਵੇ ਸੋ ਇਹ ਪਹਿਲੀ ਵਾਰੀ ਹੋਇਆ ਕਿ ਬਦਲ ਜਿਹੜੇ ਆ ਵਿਧਾਨ ਸਭਾ ਦੇ ਵਿੱਚੋਂ ਬਾਹਰ ਹੋਏ ਆ ਨਹੀਂ ਤਾਂ ਉਹ ਲਵੇ ਜਿਵੇਂ ਐਮ ਐਲ ਏ ਰਹੇ ਆ ਸੋ ਐਮ ਐਲ ਏ ਨੂੰ ਕਦੀ ਵੀ ਜਿਹੜੀ ਆ ਜਦੋਂ ਉਹ ਐਕਟਿਵ ਐਮ ਐਲ ਏ ਹੁੰਦਾ ਪੈਨਸ਼ਨ ਨਹੀਂ ਮਿਲਦੀ ਉਹਨੂੰ ਤਨਖਾਹ ਮਿਲਦੀ ਆ ਪੈਨਚਰਟਾਰ ਹੋਏ ਤੇ ਮਿਲਦੀ ਹੈ ਤੇ ਪਹਿਲੀ ਵਾਰੀ ਹੀ ਪੈਨਸ਼ਨਾਂ ਨੂੰ ਮਿਲਣੀ ਆ ਸੋ ਇਸ ਕਰਕੇ ਉਹਨਾਂ ਨੇ ਹੁਣ ਇਹ ਗੱਲ ਕਹੀ ਆ ਕਿ ਮੈਂ ਫੋਨ ਪੈਨਸ਼ਨ ਦਾ ਹੱਕਦਾਰ ਹੁਆ ਆ ਤੇ ਪਰ ਇਹ ਪੈਨਸ਼ਨ ਜਿਹੜੀ ਆ ਮੈਂ ਦਾਨ ਕਰਦਾ ਪਰ ਜਿਹੜੀ ਗੱਲ ਆ ਕਿ ਲੋਕ ਜਿਹੜੇ ਇਸ ਗੱਲੋਂ ਵੀ ਹਜੇ ਖੁਸ਼ ਨਹੀਂ ਕਿ ਪੈਨਸ਼ਨ ਦਾ ਵੀ ਜਿਹੜਾ ਆ ਉਹ ਲਾਂਮਾ ਦਿੱਤਾ ਜਾ ਰਿਹਾ ਵੀ ਆਸਾਨ ਕੀਤਾ ਜਾ ਰਿਹਾ ਕਿ ਪੈਨਸ਼ਨ ਜਿਹੜੀ ਆ ਮੈਂ ਹੁਣ ਛੱਡ ਰਿਹਾ ਆ ਜਦੋਂ ਕਿ ਕਹਿੰਦੇ ਪੰਜਾਬ ਨੂੰ ਲੁੱਟਣ ਦੀ ਤਾਂ ਪਹਿਲਾਂ ਕੋਈ ਕਸਰ ਨਹੀਂ ਛੱਡੀ ਹੈਗੀ ਹੁਣ ਪੈਨਸ਼ਨ ਦੀ ਵੀ ਕੋਈ ਕਸਰ ਰਹਿndi ਹੈ ਜੀ ਕੁਝ ਟਕਸਾਲੀ ਕਾਲੀਦਲ ਕੋਲੋਂ ਇੱਥੋਂ ਤੱਕ ਤੰਜ਼ ਕੱਸਦੇ ਆ ਕਿਹਾ ਆ ਕਿ ਪੈਨਸ਼ਨ ਭਾਵੇਂ ਇੱਕ ਹੋਰ ਲੈ ਲਓ ਪਰ ਜਿਹੜਾ ਸ਼੍ਰੋਮਣੀ ਕਮੇਟੀ ਦੇ ਗੋਲ ਕੰਦੇ ਜੱਫਾ ਮਾਰਿਆ ਆ ਇਹ ਛੱਡ ਦਿਓ ਤਾਂ ਕਿ ਪੰਥ ਦੀ ਕੋਈ ਜਿਹੜੀ ਪੜਾਈ ਹੋ ਸਕੇ ਆ ਦੂਜੇ ਪਾਸੇ ਸ਼੍ਰੋਮਣੀ ਕਾਲੀਦਲ ਵੱਲੋਂ ਬਾਦਲ ਕਾਲੀਦਲ ਵੱਲੋਂ ਮਨਪੀਰ ਸਿੰਘ ਯਾਲੀ ਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਅਵ ਜਿਹੜਾ ਆਪਣਾ ਆਗੂ ਵਿਧਾਇਕ ਦਲ ਦਾ ਆਗੂ ਨਿਯੁਕਤ ਕੀਤਾ ਗਿਆ ਆ ਡਾਕਟਰ ਸੁਖੀ ਜਿਹੜੇ ਕਿ ਬੰਗਿਆ ਤੋਂ ਚੱਤੇ ਆ ਉਹਨਾਂ ਨੂੰ ਚੀਫ ਵਿਪ ਐਲਾਨਿਆ ਗਿਆ ਆ ਦਿੱਲੀ ਸ਼ਹਿਰ ਗੁਰਦਰਪ੍ਰੰਦ ਕਮੇਟੀ ਜਿਹੜੀ ਕਿ ਕੱਲ ਬਾਦਲਾਂ ਤੋਂ ਪਰੇ ਹੋ ਗਈ ਸੀਗੀ ਉਹਨਾਂ ਨੇ ਆਪਣੀ ਨਵੀਂ ਜਿਹੜੀ ਪਾਰਟੀ ਆ ਉਹ ਬਣਾ ਲਈ ਆ ਉਹਨਾਂ ਨੇ ਆਪਣੀ ਪਾਰਟੀ ਦਾ ਨਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਜਿਹੜਾ ਜੀ ਉਹ ਰੱਖਿਆ ਉਹ ਕਹਿੰਦੇ ਵੀ ਸਾਡਾ ਬਾਦਲਾਂ ਦੇ ਨਾਲ ਕੋਈ ਸਬੰਧ ਨਹੀਂ ਹੈਗਾ ਨਾ ਸਾਡਾ ਜੀਕੇ ਨਾਲ ਸਬੰਧਿਆ ਨਾ ਸਾਡਾ ਸਰ ਨਾਲ ਦੇ ਨਾਲ ਸਬੰਧਿਆ ਅਸੀਂ ਆਜ਼ਾਦਨਾਂ ਤੌਰ ਦੇ ਉੱਤੇ ਜਿਹੜੇ ਦਿੱਲੀ ਸੇ ਕੁਦਰਪੰਦ ਕਮੇਟੀ ਦੇ ਹੈਗੇ ਆ ਮੈਂਬਰੋਂ ਇੱਕ ਇਹ ਪਾਰਟੀ ਬਣਾਈ ਆ ਜਿਹੜੀ ਕਿ ਪੂਰਨ ਤੌਰ ਦੇ ਉੱਤੇ ਧਾਰਮਿਕ ਕੰਮ ਕਰੂਗੀ ਤੇ ਇਹਦੇ ਵਿੱਚੋਂ ਜਿਹੜੇ ਧਾਰਮਿਕ ਆਗੂ ਹੋਣਗੇ ਕੋਈ ਵੀ ਚੋਣ ਜਿਹੜੀ ਆ ਉਹ ਨਹੀਂ ਲੜਨਗੇ ਅਖੀਂ ਕਿਤੇ ਬੱਚ ਗੱਲ ਕਰੀਏ ਕਾਂਗਰਸੀਆਂ ਦੀ ਤਾਂ ਲੋਕ ਪੁੱਛ ਰਹੇ ਵੀ ਕਾਂਗਰਸੀ ਕਿੱਥੇ ਚਲ ਗਏ ਚੰਨੀ ਸਾਹਿਬ ਕਿੱਥੇ ਚਲ ਗਏ ਬਿਆਨ ਨਹੀਂ ਆਇਆ ਉਸ ਤੋਂ ਬਾਅਦ ਦੇ ਵਿੱਚ ਕੋਈ ਵੀ ਸੋ ਚੰਨੀ ਸਾਹਿਬ ਨੂੰ ਲੋਕ ਲੱਭ ਰਹੇ ਆ ਵੀ ਕੋਈ ਬਿਆਨ ਦੇਣ ਕਿਉਂਕਿ ਉਹਨਾਂ ਦੇ ਹਾਸੋ ਹੀਣੇ ਬਿਆਨਾਂ ਨੇ ਲੋਕਾਂ ਦਾ ਕਾਫੀ ਚਿੱਤ ਜਿਹੜਾ ਆ ਉਹ ਲਵਾਈ ਰੱਖਿਆ ਚੋਣਾਂ ਤੋਂ ਤਿੰਨ ਮਹੀਨੇ ਪਹਿਲਾਂ ਜਿੰਨਾ ਵੀ ਉਹਨਾਂ ਨੂੰ ਮੌਕਾ ਮਿਲਿਆ ਹੁਣ ਚੰਨੀ ਸਾਹਿਬ ਕਿਤੇ ਲੱਭਦੇ ਆ ਲੱਭ ਨਹੀਂ ਰਹੇ ਪੱਤਰਕਾਰ ਵੀ ਲੱਭਦੇ ਆ ਤੇ ਆਮ ਲੋਕ ਵੀ ਲਬਰੇਆ ਤੁਹਾਡੇ ਪਾਸੇ ਗਿੱਦੜਵਾਹੇ ਤੋਂ ਵਿਧਾਇਕ ਜਿੱਤੇ ਰਾਜਾ ਵੜਿੰਗ ਆਪਣੀ ਪਤਨੀ ਸਮੇਤ ਭਗਵੰਤ ਮਾਨ ਉਹਨਾਂ ਨੂੰ ਵਧਾਈ ਦੇ ਕੇ ਆਏ ਆ ਤੇ ਉਹਨਾਂ ਨੇ ਕਿਹਾ ਕਿ ਮੈਂ ਜਿਹੜੀ ਇਹ ਨਵੀਂ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਸਰਕਾਰ ਬਣੀ ਆ ਇਹਦੇ ਨਾਲ ਰਲ ਕੇ ਕੰਮ ਕਰਨ ਦੇ ਵਾਸਤੇ ਤਿਆਰ ਆ ਹਲੇ ਕਾਂਗਰਸ ਨੇ ਆਪਣਾ ਵਿਧਾਇਕ ਦਲ ਦਾ ਆਗੂ ਜਿਹੜਾ ਚੁਣਨਾ ਆ ਕਈ ਨਾਂ ਜਿਹੜੇ ਅੱਗੇ ਆ ਰਹੇ ਆ ਸੁਖਪਾਲ ਖਹਿਰਾ ਦਾ ਨਾਂ ਵੀ ਆ ਰਿਹਾ ਰਾਜਾ ਵੜਿੰਗ ਉਹਨਾਂ ਦਾ ਨਾਂ ਵੀ ਆ ਰਿਹਾ ਰਾਣਾ ਗਰਜੀਤ ਸਿੰਘ ਹੁਣ ਵੀ ਕਿਤੇ ਨਾ ਕਿਤੇ ਚਾਹੁੰਦੇ ਆ ਸੋ ਦੇਖੀਏ ਕਿ ਕਾਂਗਰਸ ਜਿਹੜਾ ਕਿਹਨੂੰ ਵਿਧਾਇਕ ਦਲ ਦਾ ਨੇਤਾ ਚੁਣਦੀ ਆ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਉਹਨਾਂ ਨੇ ਵੀ ਅੱਜ ਟਵੀਟ ਕੀਤਾ ਕਈ ਦਿਨਾਂ ਬਾਅਦ ਚੁੱਪ ਤੋੜੀ ਆ ਉਹਨਾਂ ਨੇ ਹਾਰ ਤੋਂ ਬਾਅਦ ਉਹ ਕਹਿੰਦੇ ਵੀ ਮੈਂ ਭਗਵੰਤ ਮਾਨ ਨੂੰ ਚੇਤੇ ਕਰਾਉਣਾ ਚਾਹੁੰਦਾ ਆ ਕਿ ਲੋਕਾਂ ਨੂੰ ਉਹਨਾਂ ਤੋਂ ਬਹੁਤ ਉਮੀਦਾਂ ਆ ਤੇ ਉਹਨਾਂ ਨੇ mafia ਰਾਜ ਖਤਮ ਕਰਨ ਦਾ ਦਾਅਵਾ ਤੇ ਵਾਅਦਾ ਕੀਤਾ ਹੋਇਆ ਆ ਇਸ ਤੋਂ ਇਲਾਵਾ ਹੋਰ ਜੋ ਦਾਅਵੇ ਤੇ ਵਾਅਦੇ ਕੀਤੇ ਹੋਏ ਆ ਅ ਮੈਂ ਚਾਹਣਾ ਕਿ ਉਹੋ ਜਲਦ ਤੋਂ ਜਲਦ ਤੇ ਕੰਮ ਕਰਨ ਲੋਕ ਬੜੀ ਬਸਬਰੀ ਦੇ ਨਾਲ ਉਡੀਕ ਕਰ ਰਹੇ ਆ ਕਿ ਨਵੇਂ ਮੁੱਖ ਮੰਤਰੀ ਦੇ ਵਾਅਦੇ ਜਿਹੜੇ ਆ ਉਹ ਪੂਰੇ ਕੀਤੇ ਜਾਣ ਸੋ ਕਾਂਗਰਸ ਵੀ ਖਤਮ ਹੋ ਗਈ ਇਹਨਾਂ ਦੇ ਪਾਪ ਇਹਨਾਂ ਨੂੰ ਲੈ ਡੁੱਬੇ ਤੇ ਹੁਣ ਪਾਰਟੀ ਦੇ ਵਿੱਚੋਂ ਕਈ ਆਗੂ ਜਿਹੇ ਆ ਜਿਹੜੇ ਹਾਰ ਗਏ ਹੋ ਸਕਦਾ ਕੋਈ ਨਵੀਂ ਪਾਰਟੀ ਬਣਾਉਣ ਵੱਲ ਤੁਰਨ ਕਿਉਂਕਿ ਕਾਂਗਰਸ ਦਾ ਪੰਜਾਬ ਦੇ ਵਿੱਚ ਹੁਣ ਰਿਵਾਈਵ ਹੋਣਾ ਇੱਕ ਬਹੁਤ ਹੀ ਔਖਾ ਕਾਰਜ ਹੋ ਗਿਆ ਹੈ ਇਥੇ ਅੱਜ ਦਾ ਪ੍ਰੋਗਰਾਮ ਖਤਮ ਕਰਦੇ ਹਾਂ ਜਾਂ ਗੇਰਬਕ ਸ਼ੋਅ ਕੱਲ ਨੂੰ ਹੋਰ ਗੱਲਬਾਤ ਹੋਰ ਜਾਣਕਾਰੀ ਲੈ ਕੇ ਫਿਰ ਹਾਜ਼ਰ ਹੋਵਾਂਗੇ ਜੀ ਤਦ ਤੱਕ ਲਈ ਤੁਹਾਨੂੰ ਸਭ ਨੂੰ ਪਿਆਸਤਕਾਰ ਭਰੀ ਸਤਿ ਸ਼੍ਰੀ ਅਕਾਲ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ